ਹੁਣ ਮੈਂ ਕਿਹਾ ਸੀ ਅੰਮ੍ਰਿਤਸਰ ਆਉਣ ਦਾ ਮੇਰਾ ਇੱਕ ਮੇਨ ਮਕਸਦ ਸੀਗਾ ਸੱਚੀ ਉਹ ਫੀਲ ਨਹੀਂ ਆ ਸਕਦਾ ਸੋਨੇ ਜੀ ਮੈਂ ਲੈ ਕੇ ਦੇਣ ਨੂੰ ਤਿਆਰ ਹਾਂ ਜਮਾ ਨਹੀਂ ਆ ਸਕਦਾ ਹੈਲੋ ਐਵਰੀਵਨ ਥਿਸ ਇਜ਼ ਰੁਪਿੰਦਰ ਸਿੰਘ ਵੈਲਕਮ ਟੂ ਮਾਈ ਯੂਟਿਊਬ ਚੈਨਲ ਅੱਜ ਇਸ ਚੈਨਲ ਦਾ ਪਹਿਲਾ ਵਲੌਗ ਸ਼ੂਟ ਕਰਨ ਜਾ ਰਿਹਾ ਹਾਂ ਇਹ ਵਲੌਗ ਕੁਝ ਜ਼ਿਆਦਾ ਹੀ ਮੇਰੇ ਵਾਸਤੇ ਖਾਸ ਹੈ ਕਿਉਂਕਿ ਪੋਪ ਡੀ ਮੈਨੂੰ ਖੁਸ਼ਖਬਰੀ ਮਿਲੀ ਹੈ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਸਾਰੀ ਅਤੇ ਅੱਜ ਦਾ ਇਹ ਵਲੌਗ ਹੈ ਕਿ ਮੇਰੇ ਘਰ ਤੋਂ ਅੰਮ੍ਰਿਤਸਰ ਦਾ ਟੂਰ ਹੈ ਪੂਰਾ ਸੋ ਮੈਂ ਪੂਰਾ ਡਿਸਕ੍ਰਾਈਬ ਕਰੂੰਗਾ ਕਿੱਥੇ ਕਿੱਥੇ ਰੁਕੇ ਕੀ ਅਸੀਂ ਕੀਤਾ ਅਤੇ ਇਹ ਕਿਉਂ ਟੂਰ ਮੇਰੇ ਵਾਸਤੇ ਇੰਪੋਰਟੈਂਟ ਹੈ ਕੀ ਮੰਤਵ ਹੈ ਇਹਦੇ ਪਿੱਛੇ ਸਾਰੀ ਚੀਜ਼ਾਂ ਆਪਾਂ ਇਹਦੇ ਵਿੱਚ ਰਿਕਾਰਡ ਕਰਾਂਗੇ ਤੁਹਾਡੇ ਨਾਲ ਸਾਰੀ ਚੀਜ਼ਾਂ ਜਿੰਨੀਆਂ ਵੀ ਆਪਾਂ ਇਹ ਨਾਲ ਸ਼ੇਅਰ ਕਰਾਂਗੇ ਬਣੇ ਰਹੋ ਇਸ ਵੀਡੀਓ ਦੇ ਨਾਲ ਚਲੋ ਜੀ ਸ਼ੁਰੂ ਕਰਦੇ ਹਾਂ ਫਿਰ ਘਰੋਂ ਸਫ਼ਰ ਸ਼ੁਰੂ ਹੋ ਗਿਆ ਜੀ ਅਤੇ ਨਾਲ ਮੇਰੇ ਹੈਗੇ ਆ ਮੰਮੀ ਡੈਡੀ ਹੈਗੇ ਨੇ ਅਤੇ ਕਾਫ਼ੀ ਦਿਨਾਂ ਬਾਅਦ ਇਕੱਠਾ ਟੂਰ ਨਿਕਲਿਆ ਅਤੇ ਪਹਿਲਾਂ ਸਟੋਪੇ ਜਾ ਕੇ ਬਠਿੰਡਾ ਆਉਣਾ ਅਤੇ ਉੱਥੇ ਜਾ ਕੇ ਕੀ ਹੁੰਦਾ ਖੜਾਂਗੇ ਕਰਾਂਗੇ ਸਾਰਾ ਦੱਸਾਂਗੇ ਫਿਰ ਉਵੇਂ ਚਲੋ ਜੀ ਮਿਲਦੇ ਫਿਰ ਬਠਿੰਡੇ ਜਾ ਕੇ ਬਠਿੰਡੇ ਪਹੁੰਚ ਗਏ ਜੀ ਬਸ ਚਾਚਾ ਜੀ ਦੀ ਵੇਟ ਹੋ ਰਹੀ ਹੈ ਇੱਥੇ ਹੁਣ ਅਤੇ ਜਦੋਂ ਆਉਣਗੇ ਫਿਰ ਚੱਲਾਂਗੇ ਇੱਥੇ ਅਤੇ ਮੰਮੀ ਕਿਵੇਂ ਲੱਗ ਰਿਹਾ ਤੁਹਾਨੂੰ ਆ ਕੇ ਬਹੁਤ ਵਧੀਆ ਪਰਮਾਤਮਾ ਦਾ ਸ਼ੁਕਰਾਨਾ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਵੀਡੀਓ ਦੇ ਲਾਸਟ 'ਤੇ ਜੀ ਕਿਉਂ ਚੱਲੇ ਹਾਂ ਅਸੀਂ ਇੱਥੋਂ ਅੰਮ੍ਰਿਤਸਰ ਜਾਣ ਦਾ ਕੀ ਕਾਰਨ ਹੈ ਇੰਟਰਸਟਿੰਗ ਫੈਕਟ ਇਹ ਮੈਂ ਘੱਟੋ ਘੱਟ ਅੰਮ੍ਰਿਤਸਰ 20 ਸਾਲਾਂ ਬਾਅਦ ਚੱਲਿਆ ਹੁਣ ਪਹਿਲਾਂ ਛੋਟੇ 7 ਸਾਲ ਦੀ ਉਮਰ 'ਚ ਗਿਆ ਸੀ ਅਤੇ ਹੁਣ ਲਗਭਗ ਉਦੋਂ 20 ਸਾਲਾਂ ਬਾਅਦ ਜਾ ਰਹੇ ਹਾਂ ਅਤੇ ਕਾਫ਼ੀ ਕੁਛ ਚੇਂਜ ਹੋ ਗਿਆ ਇੰਨਾ ਮੈਨੂੰ ਪਤਾ ਅਤੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਵੇਂ ਐਕਸਪੀਰੀਅੰਸ ਰਿਹਾ ਕਿਵੇਂ ਲੱਗਿਆ ਅਤੇ ਆ ਜਾਣ ਤੋਂ ਬਸ ਚਾਚਾ ਜੀ ਨੂੰ ਆਉਣ ਵਾਲੇ ਹੋਣਗੇ ਜਦੋਂ ਆ ਕੇ ਫਿਰ ਇੱਥੋਂ ਬਠਿੰਡੋ ਕਰਦੇ ਹਾਂ ਚੱਲੇ ਅਸੀਂ ਡੱਬੇ ਵਾਲੀ ਦੂਆਂ ਅਤੇ ਅੰਮ੍ਰਿਤਸਰ ਤੱਕ ਜਾਣਾ 180 ਕਿਲੋਮੀਟਰ ਆ ਲਗਭਗ ਇੱਥੋਂ ਅਤੇ ਲਗਭਗ 4-5 ਘੰਟੇ ਲੱਗਣਗੇ ਮਿਲਾਂਗੇ ਰਾਹ 'ਚ ਹੀ ਬਾਬਾ ਬੁੱਢਾ ਸਾਹਿਬ ਜੀ ਜਾਵਾਂਗੇ ਉੱਥੇ ਹੀ ਦਰਸ਼ਨ ਕਰਾਵਾਂਗੇ ਹੁਣ ਸਾਰਾ ਦੇ ਕਰਦੇ ਕੰਟੀਨਿਊ ਕਰੀ ਲਓ ਜੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਤੁਹਾਡੇ ਦਰਸ਼ਨ ਕਰਾਉਂਦੇ ਹਾਂ ਹੁਣ ਚਲੋ ਜੀ ਤੁਹਾਡੇ ਨੂੰ ਦਰਸ਼ਨ ਕਰਾਉਂਦੇ ਹਾਂ ਦਰਬਾਰ ਸਾਹਿਬ ਦੇ ਅਤੇ ਲੈਫਟ ਹੈਂਡ ਸਾਈਡ 'ਤੇ ਤੁਸੀਂ ਦੇਖ ਰਹੇ ਹੋ ਇੱਥੇ ਤੁਸੀਂ ਦੇਗ ਲੈ ਸਕਦੇ ਹੋ ਅਤੇ ਰਾਈਟ ਹੈਂਡ ਸਾਈਡ 'ਤੇ ਸਰੋਵਰ ਹੈਗੇ ਅਤੇ ਉੱਥੇ ਜਾ ਕੇ ਉੱਥੇ ਦੇਖ ਕੇ ਆਪਣੇ ਪੰਛਾਂ ਨਾਲ ਕਰ ਸਕਦੇ ਹੋ ਇੱਥੇ ਅਤੇ ਉਹ ਸਾਹਮਣੇ ਤੁਸੀਂ ਮੀਰੀ ਪੀਰੀ ਹਾਲ ਦੇਖ ਸਕਦੇ ਹੋ ਬਾਬਾ ਬੁੱਢਾ ਜੀ ਸਾਹਿਬ ਦੇ ਅਤੇ ਉਹ ਰਾਈਟ ਹੈਂਡ ਸਾਈਡ 'ਤੇ ਤੁਹਾਡੇ ਹੈਗੇ ਨੇ ਇੱਥੇ ਨਿਸ਼ਾਨ ਸਾਹਿਬ ਚੜ੍ਹਦੀ ਕਲਾ ਬਖਸ਼ੀ ਸਰ ਪਰਮਾਤਮਾ ਸਾਰਿਆਂ ਨੂੰ ਹੁਣ ਮੈਂ ਬੋਲੂੰਗਾ ਨਹੀਂ ਦਰਬਾਰ ਸਾਹਿਬ ਦਰਬਾਰ ਸਾਹਿਬ ਉੱਥੇ ਬੋਲੂੰਗਾ ਨਹੀਂ ਕਿ ਸੁੰਦਰ ਸ਼ਬਦ ਵੇਖ ਲਿਓ ਇੱਕ ਵਾਰੀ ਹਾਂ ਅਤੇ ਹੁਣ ਮੈਂ ਜਿਹੜੀ ਗੱਲ ਕੀਤੀ ਚਾਚਾ ਜੀ ਆਉਣਗੇ ਹੈ ਨਾ ਸਾਨੂੰ ਉਹਨਾਂ ਨਾਲ ਮਿਲਾਉਂਦਾ ਅਤੇ ਜਾ ਕੇ ਬਸ ਕਰਦੇ ਗੱਲਬਾਤ ਉਹਨਾਂ ਨਾਲ ਅੱਛਾ ਲਓ ਜੀ ਬਾਬਾ ਬੁੱਢਾ ਜੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ ਚਾਚਾ ਜੀ ਆ ਗਏ ਜੀ ਗੱਲ ਕੀਤੀ ਸੀ ਮੈਂ ਕਿ ਆਉਣਗੇ ਉਹ ਮੇਰਾ ਭਰਾ ਪਿੱਛੇ ਖੜਾ ਆ ਡੈਡੀ ਮੰਮੀ ਹੋਰ ਕਿਵੇਂ ਲੱਗ ਰਿਹਾ ਤੁਸੀਂ ਆ ਜੀ ਬਹੁਤ ਵਧੀਆ ਪਰਮਾਤਮਾ ਦੀ ਮਿਹਰ ਉਹ ਭੂਆ ਜੀ ਆ ਗਏ ਨੇ ਮੇਰੇ ਹੋਰ ਜੀ ਬਹੁਤ ਟਾਈਮ ਬਾਅਦ ਆਏ ਜੀ 20 ਸਾਲਾਂ ਬਾਅਦ ਆਏ ਬਾਬਾ ਜੀ ਬੁੱਢਾ ਸਾਹਿਬ ਦੇ
सारा दिखावांगे दर्शन करके सलोवर सलोवर साहब सारा दर्शन करावांगे। मेरे भूआ जी आ गए ने, मेरी छोटी भैन आई है, तू भी है पुत, तू भी है। सरोवर च मछियां सब तो ज्यादा इधर फड़ के इधर आओ। चलो जी इधर आ गया हूं। चलो जी आके अपनी बड़े करो दर्शन जी पवित्र सरोवर साहब दे। बाबा जी लड़ोगे आज? आज बल्ले आ जा आ जा आ जा। दरबार साहब आ गए जी अमृतसर। टीवी च इन्ना मजा नहीं आता जिन्ना अखी वेखी देखे का आता जी। वाह जी वाह मजा आ गया। मेरी चाची रह गई थी, चाची जी आ गई थोड़ा। बहुत सोहना जी टीवी च इन्ना मजा नहीं आता सच्ची कहना जी। एक बार जेड़ा भी देखी जाता बंदा आके आप देखो इतने आके धरती तो कहते कि स्वर्ग है तो इतने भी है जी। क्यों मम्मी कैसा लग रहा फिर? स्वर्ग ही इतनी है धरती का सच्ची स्वर्ग ही धरती है। बहुत मजा आई जाता जी। डैडी कैसे लग रहे फिर आगे? बाबा जी की कृपा। डैडी थोड़े मैं थके पे जी, ड्राइविंग काफ़ी हो गई, थक के समान समून चक के कमरा कमरा शिफ्ट करने लगे, काफ़ी टाइम लग गया, काफ़ी थक गई। अलौकिक दर्शन आई सच्ची। करो दर्शन सारी ਦੇ ਹਰਿਮੰਦਰ ਸਾਹਿਬ ਦੇ ਤੇ 2022 ਦੇ ਹਰਿਮੰਦਰ ਸਾਹਿਬ ਦੇ ਬਹੁਤ ਡਿਫਰੈਂਟ ਹੈ ਜੀ। ਟੀਵੀ 'ਚ ਸੱਚੀ ਉਹ ਫੀਲ ਨਹੀਂ ਆ ਸਕਦਾ ਤੁਹਾਨੂੰ ਜੀ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਜਮਾਂ ਨਹੀਂ ਆ ਸਕਦਾ। ਕੋਈ ਸਵੇਰ ਦੇ 4:30 ਹੋ ਗਏ ਨੇ ਅਤੇ ਅਸੀਂ ਲਾਈਨ 'ਚ ਲੱਗੇ ਹੋਏ ਹਾਂ, ਸਾਹਮਣੇ ਪਾਲਕ ਸਾਹਿਬ ਜੀ ਆ ਰਹੇ ਨੇ। ਇਹ ਡੇਲੀ ਇੱਦਾਂ ਹੀ ਹੁੰਦਾ ਜੀ, ਸ਼ਾਮ ਸੁਬਹਾ ਦੇ ਵੇਲੇ ਪਾਲਕ ਸਾਹਿਬ ਜੀ ਆਉਂਦੇ ਨੇ ਅਤੇ ਅਕਾਲ ਤਖ਼ਤ ਸਾਈਡ ਤੋਂ, ਅਤੇ ਫਿਰ ਇਹਨਾਂ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਲੈ ਜਾਇਆ ਜਾਂਦਾ ਹੈ। ਇਸ ਟਾਈਮ ਸਾਰੀ ਲਾਈਨਾਂ ਰੁਕ ਜਾਂਦੀਆਂ ਨੇ, ਪਾਲਕ ਸਾਹਿਬ ਜੀ ਪਹਿਲਾਂ ਅੰਦਰ ਜਾਣਗੇ, ਫਿਰ ਲਾਈਨਾਂ ਸ਼ੁਰੂ ਹੋਣਗੀਆਂ।
ਤੇ ਸਾਰਾ ਸ਼ੰਖਨਾਥ ਉਵੇਂ ਹੁੰਦਾ ਇੱਥੇ ਇਸ ਟਾਈਮ ਤੇ। ਮੈਂ ਤੇ ਵਰਡਸ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦਾ ਮੈਨੂੰ ਕਿਵੇਂ ਲੱਗ ਰਿਹਾ ਹੈ ਨਾ। ਤੁਸੀਂ ਆਪ ਇੱਥੇ ਆਓ, ਵੇਖੋ, ਦਰਸ਼ਨ ਕਰੋ, ਤੁਹਾਨੂੰ ਆਪ ਨੂੰ ਅਹਿਸਾਸ ਹੋਊਗਾ ਇੱਥੇ ਆ ਕੇ। ਬਾਕੀ ਕੋਈ ਵੀ ਵੀਡੀਓ ਡਿਸਕ੍ਰਾਈਬ ਨਹੀਂ ਕਰ ਸਕਦੀ ਹੈ ਨਾ ਪਵਿੱਤਰਤਾ ਨੂੰ ਹਰਿਮੰਦਰ ਸਾਹਿਬ ਦੀ। ਲੋਈ ਦਰਬਾਰ ਸਾਹਿਬ ਦੇ ਦਰਸ਼ਨ ਹੋ ਗਏ ਨੇ ਜੀ ਅਤੇ ਹੁਣ ਬਸ ਘੁੰਮਣ 'ਤੇ ਆ। ਪੂਰੀ ਮਾਰਕੀਟ ਚੇਂਜ ਹੋ ਚੁੱਕੀ ਇੱਥੇ ਜੀ, ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਦੇਖੀ ਸੀ। ਪਤਲੀਆਂ ਗਲੀਆਂ ਸੀਗੀਆਂ, ਹੁਣ ਤਾਂ ਗੱਲ ਹੀ ਵੱਖਰੀ ਪਈ ਬਈ। ਕਹਿੰਦੇ ਰਾਤ ਹੁੰਦੀ ਹੈ, ਮੈਂ ਸਾਨੂੰ ਅੰਮ੍ਰਿਤਸਰ 'ਚ ਰਾਤ ਨੂੰ ਦਿਨ ਹੋ ਰਿਹਾ ਜੀ। ਇੰਨੀ ਦੁਨੀਆ ਆਈ ਵੀ ਇੱਥੇ, ਇੰਨੀ ਦੁਨੀਆ। ਆ ਛੋਟਾ ਭਰਾ ਮੇਰੇ ਨਾਲ ਆ, ਹਾਂ ਵੀ ਕਿਵੇਂ ਲੱਗਿਆ ਕੇ ਫਿਰ? ਬਹੁਤ ਨਹੀਂ ਯਾਰ ਆਈ ਜਾਂਦਾ ਬਾਈ ਯਾਰ। ਤੁਹਾਨੂੰ ਮੈਂ ਕਿਹਾ ਸੀ ਅੰਮ੍ਰਿਤਸਰ ਆਉਣ ਦਾ ਮੇਰਾ ਇੱਕ ਮੇਨ ਮਕਸਦ ਸੀਗਾ ਹਰਿਮੰਦਰ ਸਾਹਿਬ, ਇਸ ਕਰਕੇ ਆਇਆ ਮੈਂ। ਮੇਰਾ ਵੀਜ਼ਾ ਅਪਰੂਵ ਹੋ ਗਿਆ ਹੈ ਅਤੇ ਹਰਿਮੰਦਰ ਸਾਹਿਬ ਜੀ ਦਰਸ਼ਨ ਕਰਨ ਆਏ ਸੀਗੇ। ਜੋ ਬਾਬੇ ਨੇ ਸੁਣੀ ਸਾਰਾ ਹੀ ਸੁਣੇ ਬਾਬਾ, ਬਹੁਤ ਮਜ਼ਾ ਆ ਜਾਂਦਾ ਜੀ। ਪੂਰੀ ਫੋਰਨ ਵਾਲੀ ਫੀਲਿੰਗ ਹੈ ਇੱਥੇ। ਵਲੋਗ ਤਾਂ ਮੇਰਾ ਪਹਿਲਾ ਜੀ, ਮੈਨੂੰ ਬਾਹਲਾ ਤਾਂ ਨਹੀਂ ਪਤਾ ਕੀ ਬੋਲਣਾ ਹੁੰਦਾ, ਪਰ ਇੰਨਾ ਜ਼ਰੂਰ ਕਹੂੰਗਾ ਇੱਕ ਵਾਰੀ ਆ ਕੇ ਜ਼ਰੂਰ ਚਾਹੀਓ ਇੱਥੇ ਅੰਮ੍ਰਿਤਸਰ ਦਾ ਗੇੜਾ ਜ਼ਰੂਰ ਮਾਰੇ ਵੀ ਜਿਹੜੇ ਜਿਹੜੇ ਹੈਗੇ ਆਸੇ ਪਾਸੇ ਦੇ। ਤੁਹਾਨੂੰ ਸੱਚੀ ਮਜ਼ਾ ਆ ਜਾਊ ਇੱਥੇ ਆ ਕੇ। ਦਰਬਾਰ ਸਾਹਿਬ ਕੋਲ ਪ੍ਰਾਚੀਨ ਮੰਦਰ ਹੈ ਇੱਥੇ ਸ਼ਨੀ ਦੇਵਤਾ ਜੀ ਦਾ, ਆ ਕੇ ਤੁਸੀਂ ਮੱਥਾ ਟੇਕ ਸਕਦੇ ਹੋ। ਇੱਥੇ ਬਹੁਤ ਪੁਰਾਣਾ ਮੰਦਰ ਹੈ ਜੀ, 1761 ਦਾ ਬਣਿਆ ਹੋਇਆ।
बस हूँ घर चले हाँ तो दर्शन असं कल कर ले सवेर के दर्शन कितने हो गए वधिया रहा टूर जिन्ना भी असं इतने इंजॉय किया बस हम अमृतसर चो निकल लगे हैं पिंडे जाके हूँ हो जाता शायद रुकी है तो थोड़ा जहा सुख में मैं गल करा मैं पिंडे जाके उन्होंने गल करता जी बाकी ठीक है चलो जी लो जी बठिंडे पहुँच गए हैं अमृतसर टूर लगभग फिनिश हो गया इतने आके हूँ बस तो मेन रीज़न थोड़ा मैं दस इदा कि आने का मेरा मेन परपज़ यही सी मेरा वीज़ा आया सीगा तो दरबार साहब दर्शन कर गए थे तो बाकी जो भी डिटेल्स होगी अगे है ना जो प्रोसैस रहना किमें किमें करूँगा मैं या दिल्ली एयरपोर्ट पर की चैकिंग होंगी है या कैनेडा एयरपोर्ट पर की चैकिंग होंगी है वो सारे की आप डिटेल वीडियो बनावे तो जेड़े जेड़े थावान मैं गया है ना मैं कोशिश की है मैं दिखाए है सारे तो सूँ वधिया लगी तो अगे शेयर लाइक तो सबसक्राइब कर लियो तो बाकी तगड़े रहो ठीक है चलो जी इतें एंड करते हैं व्लॉग का अपने तो जी।